ਠੀਕ ਹੈ ਸਿਮਰਤ ਹੁਣ ਭੈਣ ਦੇ ਆਰਾਮ? ਹਾਂਜੀ ਦੀਦੀ, ਥੋੜ੍ਹਾ ਜਿਹਾ ਅੱਗੇ ਨਾਲੋਂ ਫਰਕ ਆ ਯਾਰ। ਪਤਾ ਨਹੀਂ ਕੀ ਕਰਦੀ ਆ, ਮੇਰੀਆਂ ਲੱਤਾਂ ਹੀ ਬੜੀਆਂ ਦਰਦ ਕਰੀ ਜਾਂਦੀਆਂ। ਤੁਹਾਨੂੰ ਪਤਾ ਮੇਰੇ ਪੈਰਾਂ 'ਚ ਸਵੈਲਿੰਗ ਹੋ ਜਾਂਦੀ ਆ। ਸਿਮਰਤ, ਲੱਤਾਂ 'ਤੇ ਦਰਦ ਕਰਨੀਆਂ ਹੀ ਆ ਹੁਣ, ਤੈਨੂੰ ਪਤਾ ਹੁਣ ਤਾਂ ਇੱਕ ਹਿਸਾਬ ਦਾ ਟਾਈਮ ਪੂਰਾ ਹੀ ਹੋ ਚੱਲਿਆ ਵਾ, ਅਤੇ ਹੁੰਦਾ ਹੀ ਆ ਆਹ ਹਾਲਤ 'ਚ ਨਾ, ਜਨਾਨੀਆਂ ਨੂੰ ਇੱਦਾਂ ਹੀ ਹੁੰਦਾ ਵਾ। ਸਹੀ ਗੱਲ ਦੀਦੀ, ਬਹੁਤ ਲੱਤਾਂ ਵੀ ਦਰਦ ਕਰਦੀਆਂ, ਪੈਰਾਂ 'ਚ ਸੋਜ ਵੀ ਕਿੰਨੀ ਪੈ ਗਈ, ਬਹੁਤ ਦਰਦ ਕਰਦਾ ਯਾਰ ਸਰੀਰ। ਚਾਚੀ ਜੀ ਕਿੱਥੇ ਗਏ ਨੇ? ਪਤਾ ਨਹੀਂ ਬਾਹਰ ਹੋਣੇ ਆ, ਬੈਠੇ ਹੋਏ ਬਾਹਰ। ਰੋਟੀ ਖਾਧੀ ਹੈ ਨਾ ਰੱਜ ਕੇ? ਹਾਂ ਰੋਟੀ ਖਾ ਲਈ ਮੈਂ, ਤੇ ਯਾਰ ਤੁਹਾਨੂੰ ਮੈਂ ਕਿਹਾ ਥੋੜ੍ਹੀ ਜਿਹੀ ਆਹ ਘਰ ਤੋਂ ਬਾਅਦ ਥੋੜ੍ਹੀ ਜਿਹੀ ਚਾਹ ਬਣਾ ਦਿਓ। ਆਹ ਬਣਾ ਕੇ ਲਈ ਸਿਮਰਤ। ਹਾਂਜੀ, ਜਾਨਾ ਤਾਂ ਤਾਂ ਫੀਲ ਕਰਦੀਆਂ ਪਈਆਂ ਨੇ ਤੇਰੀਆਂ। ਹਾਂਜੀ ਮੰਮੀ, ਬੜੀਆਂ ਲੱਤਾਂ ਦਰਦ ਕਰਨ ਦੀ ਯਾਰ, ਪੈਰਾਂ ਦੇ ਸਵੈਲਿੰਗ ਵੀ ਕਿੰਨੀ ਹੋ ਗਈ। ਅੱਜ ਰੰਗ ਵੀ ਉੱਡਿਆ ਪਿਆ, ਪੀਲਾ ਪੀਲਾ ਪਿਆ ਪਿਆ ਰੰਗ ਵੀ ਸਾਰਾ। ਚਾਚੀ ਜੀ ਤੁਹਾਨੂੰ ਪਤਾ ਹੀ ਆ, ਹੁਣ ਵੈਸੇ ਟਾਈਮ ਨੇੜੇ ਨੇੜੇ ਆਉਣ ਡਿਆ ਵਾ, ਤੇ ਇਹੋ ਕੁਝ ਹੀ ਹੋਣਾ ਵਾ ਐਸ ਹਾਲਤ 'ਚ। ਤੁਹਾਨੂੰ ਪਤਾ ਕੁੜੀਆਂ ਨੂੰ ਇਹੋ ਕੁਝ ਹੀ ਹੁੰਦਾ ਵਾ। ਸ਼ਮੀ ਥੋੜੀ ਜਾਨ ਲਾ ਕੇ ਹੱਥਾਂ ਨੂੰ ਤੇ ਜਰਾ ਜ਼ੋਰ ਲਾ ਕੇ ਘੁੱਟ ਕੁੜੀ ਦੇ ਲੱਤਾਂ। ਨਹੀਂ ਮੰਮੀ ਕੋਈ ਨਾ ਦੀਦੀ, ਸਹੀ ਘੁੱਟਣ ਦੇ। ਚਾਚੀ ਜੀ ਮੈਨੂੰ ਆਪ ਨਾ ਬੁਖਾਰ ਜਿਹਾ ਲੱਗਣ ਡਿਆ, ਮੈਨੂੰ ਨਾ ਸਰੀਰ ਹੀ ਨਹੀਂ ਕੰਮ ਕਰਨ ਡਿਆ। ਤੁਸੀਂ ਮੰਨੋਗੇ ਮੈਂ ਮਹਾਂ ਸਵੇਰ ਦਾ ਘਰ ਦਾ ਕੰਮ ਮਹਾਂ ਮੁਕਾ ਕੇ ਹਟੀ, ਪਤਾ ਨਹੀਂ ਮੈਨੂੰ ਨਾ ਸਿਮਰਤ ਸਹੀ ਜਿਹਾ ਨਹੀਂ ਲੱਗਣ ਡਿਆ। ਲੈ ਤੈਨੂੰ ਕਾਹਦੀ ਥਕਾਵਟ ਹੋ ਗਈ ਹੈ? ਉਹ ਤੇ ਚੱਲ ਦੋ ਜਾਨਾਂ ਹੋਈਆਂ ਤਾਂ ਉਹਨੂੰ ਪੀੜ ਆਉਣ ਲੱਗ ਪਈਆਂ ਨੇ ਲੱਤਾਂ, ਤੇਰੀਆਂ ਕਾਹਦੇ ਨਾਲ ਪੀੜ ਆਉਣ ਲੱਗ ਪਈਆਂ ਨੇ ਹੁਣ? ਵਿੱਚ ਹੋਰ ਹੀ ਪੰਗਾ ਪਾ ਦਿਆ ਕਰੋ ਤੁਸੀਂ ਆਪਣੇ ਸਾਰੇ ਜਣੇ। ਨਹੀਂ ਨਹੀਂ ਚਾਚੀ ਜੀ ਮੈਂ ਘੁੱਟਣ ਡੀ, ਮੈਂ ਇਹ ਤਾਂ ਨਹੀਂ ਕਹਿਣ ਡੀ ਮੈਂ ਨਹੀਂ ਘੁੱਟਣੀ। ਦੁੱਧ ਦਿੱਤਾ ਕੁੜੀ ਨੂੰ? ਲਿਆ ਕੇ ਦਿੰਨੀ ਆ, ਪੱਤੀ ਪਾ ਕੇ ਦੇਣਾ ਚਾਚੀ ਜੀ, ਇੱਦਾਂ ਨਹੀਂ ਦੇਣਾ। ਆਹੋ ਯਾ ਕਾਫੀ ਪੀਣੀ ਆ? ਹਾਂ ਮੰਮੀ ਕਾਫੀ ਬਣਾ ਦਿਓ, ਮੇਰਾ ਕਾਫੀ ਪੀਣ ਨੂੰ ਮਨ ਕਰ ਲੱਗਿਆ। ਤੂੰ ਇਦਾਂ ਕਰ, ਇਹਨੂੰ ਕੋਲਡ ਕਾਫੀ ਬਣਾ ਕੇ ਦੇ। ਚਾਚੀ ਜੀ ਕੋਲਡ ਕਾਫੀ ਤੇ ਡਾਕਟਰ ਨੂੰ ਪੁੱਛਿਆ ਹੀ ਨਹੀਂ ਆਪਾਂ, ਕਿਤੇ ਕੋਈ ਫੈਕਟਰੀ ਨਾ ਕਰ ਜੇ। ਹਾਏ ਹਾਏ ਨਾ ਬਣਾਉਂਦਾ ਭਾਣਾ। ਨਹੀਂ ਨਹੀਂ ਚਾਚੀ ਜੀ ਬਣਾਉਣੀ ਕਿਉਂ ਨਹੀਂ ਆ, ਮੈਂ ਹੁਣੇ ਜਾਨੀ ਮੈਂ ਦੁੱਧ 'ਚ ਪੱਤੀ ਪਾ ਦਿੰਨੀ ਆ, ਪਰ ਕੋਲਡ ਕਾਫੀ ਆਪਾਂ ਨੂੰ ਕਦੀ ਪਿਆ ਹੀ ਨਹੀਂ ਅੱਜ ਤੱਕ। ਕਿਉਂ ਤੇ ਅੱਜ ਤੱਕ ਕਿਉਂ ਨਹੀਂ ਪੀਤੀ ਹੈਗੀ? ਹੁਣ ਵੈਸੇ ਵੀ ਤੁਹਾਨੂੰ ਪਤਾ ਕਿ ਮੀਂਹ ਪੈਣ ਲੱਗ ਪਏ ਆ, ਮੌਸਮ ਚੇਂਜ ਹੋਣ ਡਿਆ ਵਾ। ਤੈਨੂੰ ਬੜੀਆਂ ਸਿਆਣਪ ਆਉਂਦੀਆਂ ਨੇ, ਹਰ ਗੱਲ ਦੀ ਸਿਆਣਪ ਹੀ ਸਿਆਣਪ ਹੈਗੀ ਤੁਹਾਡੇ ਵਿੱਚ ਤੇ। ਯਾਰ ਇੰਨਾ ਬਾਰਿਸ਼ ਦਾ ਕੇਕ ਲਿਆ ਲਿਆ ਉਹਦੇ ਨਾਲ ਕਿ ਜਿਹੜਾ ਕੋਲਡ ਕਾਫੀ ਨਹੀਂ ਪੀਣੀ। ਚਲ ਸਿਮਰਤ ਮੈਂ ਫਿਰ ਕੋਲਡ ਕਾਫੀ ਲਿਆ ਦਿੰਦੀ ਹਾਂ, ਮੈਂ ਨਾ ਡਰਦੀ ਪਈ ਕਿ ਕੁਝ ਹੋ ਨਾ ਜਾਵੇ ਤੈਨੂੰ। ਤੂੰ ਤੇ ਵੈਸੇ ਡਰਦੀ ਰਹਿੰਦੀ ਰੱਬ ਵੱਲੋਂ ਹੀ, ਤੂੰ ਕਿਸੇ ਗੱਲ ਤੋਂ ਨਹੀਂ ਵੀ ਡਰੀ ਕਦੀ। ਬਣਾ ਦਿੰਦੀ ਨਾਲ ਥੋੜੇ ਪਹਿਲੇ ਲੱਤਾਂ ਚੰਗੀ ਤਰ੍ਹਾਂ ਘੁੱਟ ਲੈ, ਸੋ ਕੋਈ ਜਾਨ ਤੇ ਪਵੇ ਉਹਦੇ ਵਿਚਾਰੀ ਚ। ਪੀਲੇ ਹੱਥ ਪੈਰ ਸੋਨੀ ਹੋਏ ਫਿਰਦੇ ਨੇ। ਨਾ ਮੇਰੀ ਸੁਣ ਗੱਲ, ਕੁੜੀਏ ਤੂੰ ਸਵੇਰ ਦੀ ਲੱਤਾਂ ਘੁੱਟਣ ਡਈ ਹੈ, ਪਹਿਲਾਂ ਤੂੰ ਉੱਠ ਕੇ 4 ਵਜੇ ਦੀ ਤੂੰ ਉੱਠੀ ਹੈ, ਸਾਰਾ ਚੌਂਕਾ ਸਾਂਭਿਆ, ਚਾਹ ਪਾਣੀ ਬਣਾਇਆ, ਆਪੇ ਤੂੰ ਆਟਾ ਗੁੱਧਾ, ਸਬਜ਼ੀ ਚੀਰੀ ਬਣਾਈ, ਸਾਰਿਆਂ ਨੂੰ ਥਾਈ ਥਾਈ ਰੋਟੀ ਦਿੱਤੀ, ਤੂੰ ਹਰ ਇੱਕ ਨੂੰ ਕਹਿੰਦੀ ਚਾਹ ਦਿੱਤੀ, ਕਹਿੰਦੀ ਦੇ ਦਿਓ ਚਾਹੀਦਾ, ਅਤੇ ਤੂੰ ਤੇਰੇ 'ਚ ਜਾਗੀ ਜਾਣੀ, ਤੂੰ ਇੱਦਾਂ ਡਈ ਆਪਣੇ ਆਪ ਨੂੰ ਮਾਸਾ ਭੋਰਾ ਕਿਤੇ ਧਿਆਨ ਰੱਖ ਲਿਆ ਕਰ, ਤੇਰੀ ਹਾਲਤ ਵੇਖ ਕਰ, ਸ਼ੀਸ਼ੇ 'ਚ ਕਦੀ ਮੂੰਹ ਆਪਣਾ ਦੇਖੇ ਨਾ, ਤਾਂ ਉਹਦੀ ਹਾਲਤ ਨੂੰ ਕੀ ਹੋ ਗਿਆ ਭੈਣ ਜੀ, ਅਤੇ ਇੰਨਾ ਕੁ ਮੂੰਹ ਕੱਢਿਆ ਉਹਨੇ, ਉਹਦਾ ਤਾਂ ਮੂੰਹ ਪਹਿਲਾਂ ਹੀ ਇੰਨਾ ਕੁ ਸੀ। ਨਹੀਂ ਬਹੂ ਇਹ ਉਹ ਵੀ ਥੱਕ ਜਾਂਦੀ, ਉਹ 'ਚ ਵੀ ਜਾਣ ਆ, ਅਤੇ ਤੁਸੀਂ ਨਾਲ ਕੰਮ ਕਰਾ ਲਿਆ ਕਰੋ ਥੋੜ੍ਹਾ ਬਹੁਤਾ, ਤੁਸੀਂ ਜੋ ਸਾਰੀ ਦਿਹਾੜੀ ਬਹਿ ਰਹਿੰਦੇ ਹੋ, ਸਾਰਾ ਦਿਨ ਨਿਆਲੀ ਲੱਗੀ ਰਹੀ, ਉਹਨੂੰ ਕਿੰਨੇ ਆਖਣਾ ਤੂੰ ਵੀ ਘੜੀ ਬਹਿ ਜਾ। ਕਮਾਲ ਦੀ ਗੱਲ, ਤੁਸੀਂ ਤੁਹਾਨੂੰ ਪਤਾ ਨਾ ਸਾਰੇ ਦਿਨ ਲੱਗੀ ਰਹਿੰਦੀ, ਤੇ ਤੁਸੀਂ ਨਾਲ ਸੋ ਜਾ ਥੋੜਾ ਬਹੁਤਾ ਕਰਾ ਲਿਆ ਕਰੋ, ਤੁਸੀਂ ਤੇ ਇਹਨਾਂ ਦੇ ਘਰ ਦਾ ਫਿਰ ਵੀ ਸ਼ਰੀਕਾ ਏ। ਅਜੇ ਉਹ ਘੁੱਟਣ ਰਹੀ ਆ, ਤੁਸੀਂ ਨਾਲ ਆਣ ਕੇ ਇਹ ਵੀ ਕਹਿ ਤਾ ਕੋਲਡ ਕਾਫੀ ਲਿਆ, ਇਹ ਜਾਨ ਨਾ ਘੁੱਟ ਨਾ ਉਹਦੇ 'ਚ ਕਿਤੇ ਜਾਂਦੀ ਯਾਰ, ਉਹ ਵੀ ਆਹ ਖੱਟੀ ਪੀਲੀ ਹੋਈ ਪਈ ਆ, ਜਾਨ ਉਹਦੇ 'ਚ ਵੀ ਹੋਈ। ਤੇ ਮੈਂ ਜਿਹੜੀ ਗੱਲ ਤੁਹਾਨੂੰ ਕਹਿ ਵੀ ਤੁਸੀਂ ਉਹਦੀ ਗੱਲ ਜਾਣਦੇ ਹੀ ਨਹੀਂ ਪਏ,
ਤੁਸੀਂ ਖੱਟੀ ਪੀਲੀ 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 ਕਰੀ ਜਾਂਦੇ ਜੇ ਤੇ ਚੱਲ ਕੋਈ ਨਹੀਂ ਆ ਜੇ ਮੈਂ ਨਹੀਂ ਬਣਾ ਸਕਦੀ ਤਾਂ ਤੁਸੀਂ ਮਾਂ ਜੇ ਤੁਸੀਂ ਮੇਰਾ ਤੇ ਕੁੜਮਾਂ ਦਾ ਘਰ ਹੈ ਮੈਂ ਤੇ ਚੀਜ਼ ਚੁੱਕ ਕੇ ਖਾਣ ਲੱਗੇ ਵੀ ਡਰ ਲੱਗੇਗਾ ਤੇ ਬਣਾਉਣ ਲੱਗੇ ਵੀ ਡਰ ਲੱਗੇਗਾ ਨਾ ਨਾ ਤੁਸੀਂ ਤੇ ਉਹਨਾਂ ਦੇ ਜਠਾਣੀ ਜੇ ਤੁਹਾਡਾ ਤੇ ਸਾਰਾ ਘਰ ਆ ਆਪਣਾ ਜਿੱਥੇ ਮਰਜ਼ੀ ਪਹਿਲਾਂ ਪਾਉਂਦੇ ਫਿਰੋ ਨਾ ਭੈਣ ਜੀ ਤੁਹਾਡੀ ਧੀ ਦਾ ਘਰ ਆ ਤੁਸੀਂ ਵੀ ਜਿੱਥੇ ਨਾ ਜੀ ਨਾ ਧੀਆਂ ਦਾ ਘਰ ਕੁੜਮਾਂ ਦਾ ਘਰ ਜੇ ਮੈਂ ਤੇ ਸਿਰਫ ਇਹਦੀ ਸੱਸ ਜਦੋਂ ਆ ਗਈ ਮੈਂ ਤੇ ਉਦੋਂ ਆਪਣੇ ਘਰ ਨੂੰ ਚਲੀ ਜਾਣਾ ਮੈਂ ਤੇ ਇੱਕ ਪ੍ਰਾਹੁਣੀ ਬਣ ਕੇ ਆਈ ਹਾਂ ਵੀ ਆਪਣੀ ਧੀ ਦਾ ਖਿਆਲ ਰੱਖਾਂ ਬਸ ਤੁਹਾਡਾ ਤੇ ਆਪਣਾ ਘਰ ਹੈ ਮੇਰੀ ਗੱਲ ਦਾ ਜਵਾਬ ਹੀ ਨੀ ਪੇ ਦਿੰਦੇ ਆਪਣੀ ਗੱਲਾਂ ਤੇ ਆਈ ਜਾਂਦੇ ਚਲੋ ਆਓ ਦੁੱਧ ਗਰਮ ਕਰਕੇ ਹਲਦੀ ਪਾ ਕੇ ਦੇ ਛਿੱਕਾ ਮਾਰਨ ਲੱਗ ਪਈ ਚਾਚੀ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਮੈਂ ਪੱਤੀ ਪਾ ਕੇ ਦੁੱਧ ਲਿਆਉਣੀ ਛਿੱਕਾ ਠੰਡ ਲੱਗ ਗਈ ਤੈਨੂੰ ਥੋੜੀ ਉਧਰ ਉਹ ਮੈਨੂੰ ਬਹਿਣ ਦੇ ਲੈ ਹੋ ਗਿਆ ਹੀ ਕੰਮ ਹੋਰ ਭੈਣ ਪੰਗਾ ਪੈ ਗਿਆ ਹੁਣ ਉੱਥੇ ਅੱਗੇ ਹੀ ਮੰਮਾ ਕਿਹੜੀ ਤੇਰੀ ਤਾਈ ਆ ਗਈ ਆ ਕੀ ਪਤਾ ਮੰਮੀ ਨਾਲ ਤਾਂ ਵੈਸੇ ਬਹਾਨਾ ਚਾਹੀਦਾ ਕੋਈ ਨਾ ਕੋਈ ਗੱਲ ਦਾ ਨਹੀਂ ਤੇ ਤਾਈ ਤਾਈ ਬੋਲਦੀ ਆ ਬੜਾ ਤੁਸੀਂ ਤੇ ਅੱਜ ਵੇਖਿਆ ਨਾ ਨਹੀਂ ਮੈਂ ਅੱਜ ਕੇ ਵੇਖਿਆ ਮੈਂ ਤਾਂ ਸਵੇਰੇ ਵੀ ਜੇ ਸਵੇਰੇ ਵੀ ਕੱਲ ਰਾਤੀ ਵੀ ਰੋਜ਼ ਕੋਈ ਨਾ ਕੋਈ ਪੰਗਾ ਲੈਂਦੀ ਆ ਮੇਰੇ ਨਾਲ ਮੈਂ ਤਾਂ ਸ਼ੁਕਰ ਕਰਕੇ ਤੇਰੀ ਸੱਸ ਆਈ ਤੇ ਆ ਜਾਣਾ ਉਹਨੇ ਕਿਆ ਮੰਮੀ ਆਈ ਫੋਨ ਆਇਆ ਸੀ ਮੈਨੂੰ ਕਹਿੰਦੀ ਪਈ ਸੀ ਕਹਿੰਦੇ ਮੈਂ ਮੇਰਾ ਜੀ ਨਹੀਂ ਪਿਆ ਲੱਗਦਾ ਧਿਆਨ ਮੇਰਾ ਸਿਮਰਤ ਵਾਲੀ ਹੈ ਭੈਣ ਜੀ ਮੈਂ ਕਿਹਾ ਮੈਂ ਆਈ ਹਾਂ ਕਹਿੰਦੇ ਕੋਈ ਨਹੀਂ ਮੈਂ ਮੇਰੀ ਜਲਦੀ ਤੋਂ ਜਲਦੀ ਕੋਸ਼ਿਸ਼ ਹੈ ਮੈਂ ਭਾਵੇਂ ਅੱਜ ਆ ਜਾ ਤੇ ਭਾਵੇਂ ਕੱਲ੍ਹ ਆ ਜਾ ਉਹ ਆਏ ਖਲੋਤੇ ਅੱਜ ਕੱਲ੍ਹ ਕੋਈ ਗੱਲ ਨਹੀਂ ਤੁਹਾਡੀ ਕਿਆ ਹੁੰਦਾ ਆਹੋ ਚਲੋ ਵਧੀਆ ਗੱਲ ਆ ਜਾਣੇ ਵੀ ਕਿਤੇ ਜਾਣੇ ਕਿਉਂ ਲੇਕਿਨ ਮੈਂ ਦੱਸ ਤਾਂ ਤੇਰੀ ਸੱਸ ਮੈਂ ਕਿਹਾ ਬੜੀ ਟੋਕਾ ਟਾਕੀ ਕਰਦੇ ਜੀ ਕੋਈ ਨਹੀਂ ਕਹਿੰਦੀ ਮੈਂ ਆ ਕੇ ਗੱਲ ਕਰ ਲੂੰ ਤੂੰ ਵੀ ਦੱਸੀ ਹਾਂ ਮੈਂ ਅਜੇ ਤਾਂ ਉਧਰ ਮੰਮੀ ਨੇ ਗੱਲ ਮੈਂ ਸਾਰੀ ਗੱਲ ਦੱਸੀ ਆਹੋ ਚੁੰਮੀ ਜਿਹੜੀ ਬਾਰੇ ਮੈਂ ਦੱਸਿਆ ਉਹਦੇ ਬਾਰੇ ਵੀ ਦੱਸਿਆ ਕਿ ਕੀ ਕਰਦੀ ਹੈ ਫਿਰ ਜਿਹੜੀ ਬੂਟੇ ਜਿਹੜੇ ਵਾਲੇ ਬਾਹਰ ਪਿਉਂਦੇ ਆ ਫਿਰ ਉਹ ਤੋਂ ਬਾਅਦ ਸਾਰੀ ਗੱਲ ਮੈਂ ਕੀਤੀ ਮੰਮੀ ਚੰਗਾ ਕਿਤੇ ਮੈਂ ਉਹਨਾਂ ਨੂੰ ਤਾਂ ਪਤਾ ਲੱਗਣਾ ਜਿਹਦੇ ਤੁਹਾਡੇ ਜਾਣ ਤੋਂ ਬਾਅਦ ਕੀ ਗੁਣ ਗੁਣ ਦਿੱਤੀ ਹੈ ਤੂੰ ਜ਼ਿਆਦਾ ਸ਼ੋ ਵੀ ਨਾ ਹੋਣ ਤੈਨੂੰ ਤੇਰੇ ਹੁਣ ਲੋੜ ਸੇਵਾ ਦੀ ਨਹੀਂ ਨਹੀਂ ਮੰਮੀ ਮੈਂ ਤੇ ਤਾਂ ਜਿੱਤੇ ਮੇਰੇ ਕੋੜਾ ਮੂੰਹ ਨਹੀਂ ਮਾਰ ਹਾਂ ਨਾ 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 ਇਹ ਲੋੜ ਹੈ ਮੈਨੂੰ ਕੋੜਾ ਮੂੰਹ ਨਹੀਂ ਮਾਰ ਨਾ ਮੈਂ ਤਾਂ ਆਪ ਸੋਚਦੀ ਕਿ ਮੈਂ ਆਪ ਸ਼ਬਦ ਮੂੰਹ ਨਾ ਤਾਂ ਕੱਟ ਕੇ ਕਰ ਕਿਉਂ ਲੋੜ ਹੈ ਸਾਨੂੰ ਸਾਰਾ ਕਰਨ ਵੀ ਤੂੰ ਹੁਣ ਅੱਗੋਂ ਠੰਡ ਮੌਸਮ ਬਦਲਦਾ ਪਿਆ ਤੇ ਕਿਵੇਂ ਕਰ ਲਾਂਗੇ ਅਸੀਂ ਤੇ ਫਿਰ ਲੈਣਾ ਤਾਂ ਸਾਰਾ ਕੰਮ ਅਸੀਂ ਇਹਦੇ ਕੋਲੋਂ ਹੀ ਤੇ ਮਿੱਠੇ ਬਣ ਕੇ ਕੋੜੇ ਬਣ ਕੇ ਨੇ ਆਹ ਜਿਹੜੀ ਤਾਈ ਆ ਨਾ ਮੈਨੂੰ ਆਹ ਬੜੀ ਭੈੜੀ ਲੱਗਦੀ ਆ ਮੰਮੀ ਇਦਾਂ ਦੀ ਤੁਸੀਂ ਗੱਲ ਛੱਡੋ ਹੀ ਨਾ ਇਹ ਕਿੱਥੋਂ ਆ ਗਈ ਹੈ ਮੈਨੂੰ ਤੇ ਆਪ ਨਹੀਂ ਪਤਾ ਕਿੱਥੋਂ ਆ ਗਈ ਕਿਹੜੀ ਰਿਸ਼ਤੇਦਾਰੀ ਹੈ ਬਣੀ ਇਹਦੀ ਲੰਬੀ ਚੌੜੀ ਰਿਸ਼ਤੇਦਾਰੀ ਤੋਂ ਆ ਗਈ ਹੈ ਆਪਾਂ ਤੇ ਵਿਆਹ ਵਿੱਚ ਵੀ ਨਹੀਂ ਵੇਖੀ ਕਿਤੇ ਨਹੀਂ ਵੇਖੀ ਕਿਸੇ ਤੇਰੀ ਸੱਸ ਦੇ ਮੂੰਹੋਂ ਵੀ ਨਹੀਂ ਕਦੀ ਸੁਣਿਆ ਹੈਗਾ ਮੈਂ ਤੇ ਉਹਦੀ ਸ਼ੁਮੀ ਦੀ ਉਹਦਾ ਸਾਨੂੰ ਕਹਿੰਦੀ ਵੀ ਰੋਟੀ ਨਹੀਂ ਖਾਧੀ ਰੋਟੀ ਖਾ ਲੈ ਤੂੰ ਖੱਟੀ ਹੋ ਗਈ ਹੈ ਤੂੰ ਪੀਲੀ ਹੋ ਗਈ ਹੈ ਤੂੰ ਹਰੀ ਹੋ ਗਈ ਹੈ ਆਹੋ ਮੰਮੀ ਮੈਂ ਤੇ ਆਹ ਬੜਾ ਦੁਖੀ ਆਈ ਪਈ ਨਾਲੇ ਤੂੰ ਇਹਨੂੰ ਤੇ ਵੈਸੇ ਵੀ ਸ਼ੰਮੀ ਦਾ ਬੜਾ ਦੁੱਖ ਹੁੰਦਾ ਗੱਲ ਤੇ ਸ਼ੰਮੀ ਨੂੰ ਅੱਗੇ ਰੱਖਦੀ ਸ਼ੰਮੀ ਰੋਟੀ ਬਣਾਉਂਦੀ ਸ਼ੰਮੀ ਸਾਰਾ ਘਰ ਦਾ ਕੰਮ ਕਰਦੀ ਮੇਰਾ ਤੇ ਵੈਸੇ ਇਹਨਾਂ ਨੂੰ ਜਿੰਨਾ ਮਰਜ਼ੀ ਕਰੋ ਤਾਂ ਵੀ ਨਹੀਂ ਨਾ ਕਰਦੇ ਆ ਤੁਸੀਂ ਆਏ ਜੇ ਨਾ ਤੇ ਦੋ ਦਿਨ ਮੈਨੂੰ ਰੈਸਟ ਮਿਲੀ ਆ ਨਹੀਂ ਤੇ ਤੁਹਾਡੇ ਆਉਣ ਤੋਂ ਪਹਿਲਾਂ ਸਮੇਂ ਤੋਂ ਕਿੰਨਾ ਕੰਮ ਕਰਾਉਂਦੇ ਰਹੇ ਤੈਨੂੰ ਕੰਮ ਕਰਨ ਦੀ ਲੋੜ ਵੀ ਨਹੀਂ ਇੱਕ ਤੂੰ ਕਿਉਂ ਕੰਮ ਕਰੇਂਗੀ ਤੂੰ ਕਰ ਆਰਾਮ ਕੰਮ ਕਰੇ ਸ਼ੰਮੀ ਇਹੋ ਤੇ ਗੱਲ ਮੰਮੀ ਜੀ ਵੀ ਕਹਿ ਕੇ ਗਏ ਸੀ
ਕਿ ਸਿਮਰਤ ਰਮਾਣ ਕਰੀ, ਇਹਨਾਂ ਨੇ ਕਿਤੇ ਰਮਾਣ ਕਰਨ ਦਿੱਤਾ, ਮੰਮੀ ਨੇ ਜਾਣ ਤੇਰੇ ਦੇਰੀ ਹੋਈ ਆ, ਤੇ ਦੋ ਦਿਨ ਹੋ ਜੇ ਇਹਨੂੰ ਆਈ ਨੂੰ ਹੋਈ ਨੀ ਤੇ ਮੈਨੂੰ ਕੰਮ ਤੇ ਵੀ ਡਾਟ ਆ, ਅਏ ਇਹੋ ਜਿਹੇ ਟਾਈਮ ਤੇ ਲੋਕੀ ਸਾਰੇ ਭੱਜ ਭੱਜ ਕੰਮ ਕਰ, ਤੂੰ ਵੀ ਕੰਮ ਕਰ। ਮੈਨੂੰ ਤੇ ਆਪ ਨੀ ਸਮਝ ਆਉਂਦੀ ਤੇਰੀ ਸੱਸ ਇਹਨੂੰ ਛੱਡ ਕਿਵੇਂ ਗਈ ਹੈ। ਮੈਨੂੰ ਤੇ ਆਪ ਨੀ ਪਤਾ ਮੰਮੀ। ਇੱਕ ਤੇ ਤੇਰੀ ਸੱਸ ਨੂੰ ਹੁਣ ਰਾਤੀ ਮੈਂ ਫੋਨ ਵੀ ਆਇਆ ਤੇ ਮੈਨੂੰ ਫਿਰ ਨੀ ਪੁੱਛਣਾ ਯਾਦ ਰਿਹਾ ਵੀ ਇਹਨੂੰ ਕਿੱਥੇ ਛੱਡ ਗਏ ਹੋ ਬੁਲਾ ਨੂੰ। ਹੋਰ ਘਰ ਭਾਵੇਂ ਇਹਨੂੰ ਕੋਈ ਪੁੱਛਣਾ ਨਾ ਹੋਵੇ ਤੇ ਇੱਥੇ ਵੇਖ ਕਿਵੇਂ ਰੋਟ ਕਿਵੇਂ ਸਿਆਣ ਭਾਬੀ ਦਿੰਦੀ ਆ, ਜਿਵੇਂ ਸਭ ਤੋਂ ਮਾਨ ਸੱਸ ਹੀ ਹੈਗੀ। ਸਾਨੂੰ ਤੇ ਨੂੰਹਾਂ ਰੱਖਣੀ ਨੀ ਆਉਂਦੀਆਂ, ਆਉਂਦੀਆਂ ਤੇ ਇਹਨੂੰ ਨੀ ਸਾਰੀ ਸਾਨੂੰ ਚਾਚਾ ਵੀ ਸਿਖਾਉਂਦੀ ਹੈ, ਇਹ ਸ਼ਮੀ ਨੂੰ ਭੜਕਾਉਂਦੀ ਫਿਰਦੀ ਹੈ। ਗੱਲ ਹੋਰ ਕੁਛ ਨੀ, ਆਪਣੇ ਵੱਲ ਕਰਨਾ ਪੈਂਦੀ ਹੈ। ਜੜੀ ਬੂਟੀਆਂ ਦਾ ਕੰਮ ਜੋ ਕਰਦੀ ਆ ਤਾਂ ਕਰਕੇ ਕੰਨ ਪਤਲੇ ਸਨ। ਜੜੀ ਬੂਟੀਆਂ ਦਾ ਵੇਖ ਲਿਓ ਹੁਣ ਸ਼ਮੀ ਦਾ ਕੀ ਅਸਰ ਵਿਖਾਉਂਦੇ। ਸ਼ਮੀ ਨੂੰ ਪਿਉਂਦੀ ਜੋ ਫਿਰਦੀ ਦਵਾਈ ਆ ਵੀ ਪਿੰਦੀ ਹੋਣੀ ਨਾ ਤਾਂ ਇਹ ਤੇ ਕੰਨ ਪਤਲੇ ਸਨ। ਅੱਖਾਂ ਵੀ ਮੈਂ ਕਿੰਨੀ ਬੜੀ ਤੇਜ਼ ਨੀ ਤੇਰੀ ਸੱਸ ਇੰਨਾ ਕੁਛ ਕਰ ਚੁੱਕੀ, ਤੇਰੀ ਸੱਸ ਕਹਿੰਦੀ ਇਹ ਨੀ ਹੋਣਾ। ਫੇਰ ਹੁਣ ਸੋ ਭਾਵ ਜਾ ਕੇ ਤੋਂ ਖੱਟਣੀ ਸੌਖੀ ਕੋਈ ਨੀ ਪਈ। ਤੇਰੀ ਸੱਸ ਨੇ ਜਿਹੜਾ ਪੰਗਾ ਪਾਇਆ ਨਾ ਹੁਣ ਉਹ ਹੀ ਨਿਬੜੂਗੀ ਇਹਦੇ ਨਾਲ। ਮੈਂ ਤੇ ਆਪ ਆਦੀ ਕਿਹੜੇ ਵੇਲੇ ਬੰਬੀ ਜਾਵੇ ਜੇ ਇਹਦਾ ਖਹਿੜਾ ਛੁੱਟੇ ਨਹੀਂ ਜਾਵੇ ਸਾਡੇ ਘਰ। ਪਰ ਜੇ ਹਿਸਾਬ ਨਾਲ ਉਹ ਟਿੰਡਾ ਟੱਪਰ ਚੁੱਕ ਕੇ ਆਈ ਆ ਨਾ ਐਡਾ ਬੈਗ ਪਾ ਕੇ ਕੱਪੜਿਆਂ ਦਾ, ਮੈਨੂੰ ਨੀ ਲੱਗਦਾ ਸੌਖੀ ਜਾਏਗੀ ਆ। ਨਹੀਂ ਨਹੀਂ ਬੰਬੀ ਏਦਾਂ ਨਾ ਕਹੋ, ਮੇਰਾ ਤੇ ਜੀਣਾ ਰੰਗ ਕਰ ਦੇਣਾ ਜੀ। ਵੇਖੇ ਕਹੇ ਕਿ ਤੇਰੇ ਨਾਲ ਹੀ ਮੈਂ ਜਾ, ਹੁਣ ਤੇ ਮੈਂ ਤੇਰੇ ਨਾਲ ਸੋਨੀ ਆ ਨਾ, ਤੇ ਬਾਅਦ ਚ ਕਹੇਗੀ ਮੈਂ ਉਹਦੇ ਨਾਲ ਸੋ ਜਾਵਾਂ ਸਿਮਰਤ ਨਾਲ। ਚੱਲ ਅਸੀਂ ਕਹਿੰਦੇ ਨੀ ਘਰ ਚ ਕੋਈ ਨਾ ਕੋਈ ਹੋਣਾ ਵੀ ਚਾਹੀਦਾ ਰੌਣਕ ਵਾਲਾ, ਇਹ ਰੌਣਕ ਵਾਲਾ ਹੀ ਬੰਦਾ ਹੈ। ਟੋਕਾ ਟਾਕੇ ਕਰਦੇ ਦਿਨ ਤੇ ਬੀਤ ਜਾਂਦਾ ਨਾ, ਸਵੇਰੇ ਕਹਾਣੀ ਸ਼ੁਰੂ ਕਰੋ ਤੇ ਰਾਤ ਪੈ ਜਾਂਦੀ ਆ। ਚੱਲ ਮੈਂ ਵੇਖਾਂ ਸੋ ਇਹਦੇ ਤੇਰਾ ਦੁੱਧ ਹੀ ਲੰਬਾ ਹੋ ਗਈ। ਆਹੋ ਜੇ ਤੱਕ ਵੇਖ ਲਓ ਕਿੰਨੀਆਂ ਹੀ ਗੱਲਾਂ ਕਰ ਲੈ ਬੈਠੇ ਬੈਠੇ। ਉਹ ਜਿਹੜੀ ਬੁੱਢੀ ਉਹਨੂੰ ਘੋਲ ਕੇ ਪਿਆਲ ਲੱਪ ਹੀ ਹੋਣੀ ਆ। ਇਹ ਸੱਜਣ ਇਹਨਾਂ ਦੇ ਜਿਹੜੀਆਂ ਬੁੱਢੀਆਂ, ਜਿਹੜਾ ਘਰ ਬੈ ਪਿਆ ਏ ਉਹਦਾ ਧਿਆਨ ਰੱਖਣਾ ਨੀ, ਤੇ ਜਿਹੜੀਆਂ ਬੁੱਢੀਆਂ ਦਾ ਧਿਆਨ ਰੱਖਿਆ ਜਾਂਦਾ ਪਿਆ। ਚੱਲ ਮੈਂ ਵੇਖਦੀ ਹਾਂ। ਮੇਰੀ ਗੱਲ ਸੁਣ, ਆ ਦੁੱਧ ਕਰਮ ਕਰ, ਮਿੱਠਾ ਮੁੱਠਾ ਖੋਲ ਤੇ ਉਹਨੂੰ ਪਿਆ ਤੇ ਤੂੰ ਵੀ ਘੜੀ ਆਰਾਮ ਕਰ। ਤਾਈ ਜੀ ਕੋਈ ਗੱਲ ਨੀ, ਮੈਂ ਆਰਾਮ ਕਰ ਲੈਣੀ ਆ, ਮੈਂ ਹਜੇ ਦੁਪਹਿਰ ਦਾ ਵੀ ਰੋਟੀ ਪਾਣੀ ਕਰਨਾ ਵਾ। ਉਹ ਮੈਨੂੰ ਪਤਾ ਵਾ ਤੂੰ ਕਰਨਾ, ਲੈ ਮੈਨੂੰ ਫੜਾ ਜਿਹੜੀ ਸਬਜ਼ੀ ਸੁਬਜ਼ੀ ਚੀਰਨੀ ਆ ਤੇ ਮੈਂ ਚੀਰ ਦੇਣੀ, ਤੂੰ ਘੜੀ ਮਾਰ ਕਰ, ਮੈਂ ਆਟਾ ਉਟਾ ਗੁੰਨ ਦਿੰਦੀ ਹਾਂ। ਪੁੱਤ ਸਾਰੀ ਦਿਹਾੜੀ ਥੱਕ ਜਾਂਦੀ ਹੈ, ਵੇ ਤੇਰਾ ਕੀ ਹਾਲ, ਉਹਨਾਂ ਮਾਵਾਂ ਧੀਆਂ ਥੋੜ੍ਹਾ ਤੈਨੂੰ ਕਹਿਣਾ ਤੂੰ ਲਵੀ ਤਾ ਜਾ, ਤੈਨੂੰ ਮੈਂ ਹੀ ਆਖਣਾ, ਉਹਨਾਂ ਨੂੰ ਨੀ ਤੇਰੇ ਤੇ ਤਰਸਾਉਣਾ, ਉਹਨੂੰ ਜੇ ਆਪਣੀ ਧੀ ਦੇ ਗੋਲ ਗਾਈ ਜਾਂਦੀ ਹੈ, ਕੋਲਡ ਕੌਫੀਆਂ ਦੇ ਲਾ, ਦੁੱਧ ਦੀ ਪੱਤੀ ਪਾ ਦੇ, ਵਿੱਚ ਘਿਓ ਪਾ ਦੇ, ਉਹਦੀ ਦੇਖ ਰੇਖ ਕਰ, ਆਪਣੇ ਵੱਲ ਨਾ ਵੇਖੀ ਭੱਜੀ ਫਿਰ। ਤਾਈ ਜੀ ਮੈਨੂੰ ਬੜਾ ਹੀ ਚੰਗਾ ਲੱਗਣ ਡਿਆ ਵਾ ਕਿ ਤੁਸੀਂ ਮੇਰੇ ਹੱਕ 'ਚ ਖਲੋਤੇ ਜੀ ਅਤੇ ਹਰ ਗੱਲ 'ਚ ਮੇਰੀ ਸਪੋਰਟ ਕਰਦੇ ਜੀ, ਨਹੀਂ ਤਾਂ ਇਸ ਘਰ 'ਚ ਤਾਂ ਸਾਰੇ ਸਿਮਰਤ ਵੱਲ ਹੀ ਆ, ਹਰ ਕੋਈ ਉਹਦੇ ਵੱਲ ਦੀ ਗੱਲ ਕਰਦਾ ਵਾ। ਤਾਈ ਜੀ ਉਹ ਤੇ ਉਹਦੀ ਮਾਂ ਵਾ, ਉਹਦੇ ਵੱਲ ਦੀ ਗੱਲ ਕਰੂਗੀ, ਅਜੇ ਕਿ ਮੈਂ ਚਾਚੀ ਜੀ ਨੂੰ ਕਦੀ ਮੇਰ ਤੇਰ ਨਹੀਂ ਕੀਤੀ ਹੈਗੀ, ਫਿਰ ਵੀ ਚਾਚੀ ਜੀ ਉਹਦੇ ਵੱਲ ਦੀ ਗੱਲ ਕਰਦੇ ਆ। ਪਰ ਤਾਈ ਜੀ ਤੁਹਾਨੂੰ ਮੈਂ ਇੰਨੀ ਗੱਲ ਜ਼ਰੂਰ ਕਹੂੰਗੀ ਕਿ ਤੁਸੀਂ ਉਹਨਾਂ ਦੇ ਸਾਹਮਣੇ ਹਾਂ ਕੁਝ ਮੈਨੂੰ ਨਾ ਕਿਹਾ ਕਰੋ, ਉਹ ਸੜਬੜ ਕੋਲਾ ਹੋ ਜਾਂਦੀਆਂ ਨੇ, ਨਾਲੇ ਪਤਾ ਕੀ ਆ ਆਹ ਚਾਚੀ ਜੀ ਦਾ ਜਿਹੜਾ ਸੁਭਾਅ ਵਾ ਨਾ,
ਬੜਾ ਹੀ ਹੋਰ ਹਿਸਾਬ ਦਾ ਵਾ ਕੱਬਾ ਜਿਹਾ। ਜੇ ਉਹ ਤੁਹਾਨੂੰ ਬੋਲੇ ਨਾ ਤੇ ਮੈਨੂੰ ਚੰਗਾ ਨਹੀਂ ਲੱਗਣਾ। ਤੁਸੀਂ ਉਹਨਾਂ ਸਾਹਮਣੇ ਨਾ ਮੈਨੂੰ ਬਹੁਤਾ ਹਮਦਰਦੀ ਜੀ ਨਾ ਵਿਖਾਇਆ ਕਰੋ ਜੀ। ਉਹ ਸਮਝੋ ਗੱਲ ਨੂੰ, ਉਹਨਾਂ ਨੂੰ ਸਾੜਾ ਪੈਂਦਾ ਵਾ। ਉਹ ਮੈਨੂੰ ਪੁੱਤ ਪਤਾ, ਜਿਹੜੀਆਂ ਚਾਚੀਆਂ ਤਾਈਆਂ ਹੁੰਦੀਆਂ ਸਰੀਕੇ ਦਾ ਸਾਕ ਹੁੰਦਾ। ਉਹਨੇ ਆਪਣੀ ਧੀ ਦੀ ਕਰਨੀ ਤੇਰੀ ਥੋੜ੍ਹੀ ਕਰਨੀ, ਤੇਰੇ ਦਰਸ ਨਹੀਂ ਉਹਨੂੰ ਹੋਣਾ। ਉਹਨੂੰ ਆਪਣੀ ਧੀ ਦੇ ਪੁੱਤ ਆਉਣਾ, ਉਹਦੀਆਂ ਲੱਤਾਂ ਕਟਾਉਣੀਆਂ, ਉਹਦੇ ਹੀ ਉਮਨੇ ਦੀ ਉਮਨੇ ਉਹਨੇ ਕਰਨੀਆਂ। ਵੇ ਆਖਣ ਡੇ ਆ ਤੁਹਾਡਾ ਤੇ ਘਰ ਆ, ਨਹੀਂ ਤੂੰ ਉੱਠ ਕੇ ਬਣਾ ਲਾ ਦੁੱਧ, ਤੇਰੇ ਕੋਲ ਨਹੀਂ ਬਣਦਾ। ਤੈਨੂੰ ਪਤਾ ਖੰਡ ਦਿੱਤੇ ਦੁੱਧ ਇੱਥੇ ਹੋਰ ਨਾ, ਤੈਨੂੰ ਗੱਲਾਂ ਦਾ ਪਤਾ, ਲੜਨ ਦਾ ਬੜਾ ਪਤਾ, ਗੱਲਾਂ ਕਰਨ ਦਾ ਬੜਾ ਤੈਨੂੰ ਪਤਾ। ਤਾਈ ਜੀ ਉਸ ਘਰ 'ਚ ਵੀ ਸ਼ੁਰੂ ਤੋਂ ਹੀ ਮੈਂ ਕੰਮ ਕਰਦੀ ਹੁੰਦੀ ਸੀ, ਤੇ ਜੇ ਇੱਥੇ ਆਈ ਹਾਂ ਤੇ ਇੱਥੇ ਵੀ ਮੇਰੀ ਸੱਸ ਨੇ ਸਾਰਾ ਮੇਰੇ 'ਤੇ ਸੁੱਟਤਾ ਵਾ। ਆ ਮੈਨੂੰ ਨਾ ਮਹੀਨੇ ਬਾਅਦ ਇਹਨੇ ਚੌਂਕੇ ਚੜਾ ਕੇ ਤਾਂ ਸਾਰੇ ਕੰਮ 'ਤੇ ਲਾਤਾ ਸੀ। ਦੋ ਚਾਰ ਦਿਨ ਵੀ ਰੈਸਟ ਨਹੀਂ ਦਿੱਤੀ ਕਿਤੇ ਮੈਨੂੰ। ਅਤੇ ਸਿਮਰਤ, ਸਿਮਰਤ ਨੂੰ ਪਤਾ ਨਹੀਂ ਕਿੰਨਾ ਚਿਰ ਇਹਨੇ ਕੰਮ 'ਤੇ ਨਹੀਂ ਲਾਇਆ। ਕਹਿੰਦੀ ਉਹਦੇ 'ਤੇ ਹੱਥਾਂ ਨੂੰ ਅਜੇ ਮਹਿੰਦੀ ਲੱਗੀ ਆ, ਉਹਨੇ ਚੂੜਾ ਪਾਇਆ ਵਾ, ਅਜੇ ਨਹੀਂ ਆਉਂਦੀ ਮੈਂ ਆਪਣੀ ਨੂੰਹ ਛੋਟੀ ਕੰਮ 'ਤੇ ਲਾਉਣੀ। ਪੁੱਤ ਕੰਮ ਕਰਨੀ ਮਾੜੀ ਗੱਲ ਨਹੀਂ ਗੀ, ਕੰਮ ਕਰੋ ਪਰ ਸਾਫ ਸਾਫ ਦਾ ਕਰੋ। ਇਹ ਥੋੜ੍ਹਾ ਇੱਕੇ ਜਣੇ ਦੇ ਸਿਰ 'ਤੇ ਸਾਰਾ ਸੁੱਟ ਦਿਉ, ਦੂਜਾ ਜਣਾ ਅੱਛਾ ਲਵੇ, ਇੱਕ ਜਣੇ ਨੂੰ ਆਖੇ ਤੂੰ ਮਰੀ ਜਾਵੇਂ। ਦੁਪਹਿਰ ਦਾ ਵੀ ਕਰ, ਰਾਤ ਦਾ ਵੀ ਕਰ, ਸਵੇਰ ਦਾ ਵੀ ਕਰ, ਸਾਡੀ ਆਗਤ ਭਾਗਤ ਵੀ ਕਰ। ਇੰਨੀਆਂ ਗੱਲਾਂ ਨਹੀਂ ਪੁੱਤ ਤੇਰੇ ਕੋਲ ਹੋਣੀਆਂ, ਆਪਣੇ ਆਪ ਵੱਲ ਥੋੜ੍ਹਾ। ਚੱਲ ਤੂੰ ਪਤਾ ਕੀ ਕਰ, ਦੁੱਧ ਦੇ ਉਹਨੂੰ ਘੁੱਟ ਅਤੇ ਚੱਲ ਘੜੀ ਲੰਮੀ ਪੈ, ਮੈਨੂੰ ਹਾਂ ਸਬਜ਼ੀ ਸੁਬਜ਼ੀ ਮੈਂ ਚੀਰਾਂ। ਹਾਂ ਮੈਂ ਤੜਕਾ ਪੁੱਟਾ ਲਾ ਦੂੰਗੀ, ਵੇਖਣ ਛਿੱਕਾਂ ਮਾਰਨ ਡੈ ਪਈ। ਜਾਣ ਜਾਣ ਕੇ ਪਤਾ ਨਹੀਂ ਆਉਂਦੀਆਂ ਹੋਈਆਂ ਕਿ ਨਹੀਂ, ਪਖੰਡ ਕਰਦੀਆਂ ਮਾਰਦੀਆਂ ਦੋਵੇਂ ਪੇਟ, ਪਹਿਲਾਂ ਕੋਲਡ ਕੌਫੀ ਮੰਗਦੀਆਂ ਸੀ, ਹੁਣ ਆਉਂਦੀਆਂ ਛਿੱਕਾਂ ਆਉਣ ਡੈ ਪਈਆਂ। ਹੁਣ ਬਦਲ ਕੇ ਆ ਗਿਆ ਕਿ ਨਹੀਂ ਦੁੱਧ ਪੱਤੀ ਦੇ, ਇਹਨਾਂ ਨਾਲ ਨਹੀਂ ਵਾਰਿਆ ਮਾੜਾ ਛਿੱਕਾ। ਸ਼ਮੀ ਦੁੱਧ ਤੂੰ ਫੇਰ ਰੱਖ ਕੇ ਗਰਮ ਕੀਤਾ ਈ, ਇੰਨਾ ਟਾਈਮ ਦੋ ਦੇ ਲੋਕਾਂ ਨੂੰ। ਨਹੀਂ ਨਹੀਂ ਚਾਚੀ ਜੀ ਉਹ ਥੋੜਾ ਕੰਮ ਜੇ ਕਰਨਾ ਸੀ। ਚੱਲ ਦੇ ਉਹਨੂੰ ਕੁੜੀ ਨੂੰ ਦੁੱਧ, ਲੱਕੀ ਨੂੰ ਫੋਨ ਕਰਾਂ, ਹਜੇ ਤੱਕ ਆਇਆ ਨਹੀਂ ਗਾ। ਇਹ ਕਿੱਥੇ ਰਹਿ ਗਿਆ, ਇਹਨੂੰ ਪਤਾ ਨਹੀਂ ਸੀਮਾ ਤੋਂ ਫੁਰਸਤ ਮਿਲੇਗੀ ਤੇ ਇਹਨੂੰ ਕੰਮ ਕਰੇਗਾ ਨਾ। ਹੈਲੋ ਲੱਕੀ, ਵੇ ਕਿੱਥੇ ਰਹਿ ਗਿਆ ਤੂੰ, ਇਹ ਤੈਨੂੰ ਪਤਾ ਨਾ ਅੱਜ ਰੱਖੜੀ ਏ, ਆਹੋ ਦੀਵਾਲੀ ਨਹੀਂ ਹੈਗੀ ਵੀ, ਜਿਹੜਾ ਸ਼ਾਮ ਨੂੰ ਜਾ ਕੇ ਦੇ ਆਵਾਂਗੇ। ਪਤਾ ਨਹੀਂ ਕਿਤੇ ਆਉਂਦਾ ਪਿਆ, ਆਉਂਦਾ ਪਿਆ, ਆਉਂਦਾ ਪਿਆ। ਤੀਜਾ ਫੋਨ ਤੈਨੂੰ ਮੈਂ ਸਵੇਰ ਦਾ ਪਈ ਕਰਨੀ ਆ ਵੀ ਆ ਜਾ, ਹੁਣ ਤੂੰ ਪਤਾ ਨਹੀਂ ਕਿੱਥੇ ਰਹਿ ਗਿਆ, ਖੱਪ ਜਾਣਿਆ ਆ ਜਾ। ਕੁੜੀ ਤੇਰਾ ਇੰਤਜ਼ਾਰ ਪਈ ਕਰਦੀ ਵਿਚਾਰੀ, ਸਵੇਰ ਦੇ ਭੁੱਖੀਆਂ ਪਾਣੀਆਂ ਬੈਠੀਆਂ ਨੇ ਉਹ ਵਿਚਾਰੀਆਂ। ਚੱਲ ਆ ਛੇਤੀ ਆ ਜਾ, ਆ ਜਾ ਛੇਤੀ ਆ ਜਾ। ਠੀਕ ਆ, ਹੁਣ ਨਾ ਮੈਨੂੰ ਫੋਨ ਕਰਨ ਦੀ ਨੌਬਤ ਆਵੇ। ਠੀਕ ਆ, ਜਲਦੀ ਆ। ਹਾਂਜੀ ਮੰਮੀ, ਬਸ ਹੋਣ ਲੱਗੇ ਹਾਂ। ਹਾਂਜੀ ਹਾਂਜੀ, ਉਹ ਨਾ ਸੀਮਾ ਤੇ ਹੀ ਤਿਆਰ ਹੋਣ, ਮੈਂ ਤੇ ਤਿਆਰ ਹੀ ਹਾਂ, ਮੈਂ ਤੇ ਪੱਗ ਪੁੱਗ ਬੰਨੀ ਆ। ਹਾਂ ਚਲੋ ਠੀਕ ਆ, ਆਉਂਦੇ ਬਸ 10 ਮਿੰਟ ਤੱਕ ਆ ਗਏ ਤੁਹਾਡੇ ਕੋਲ। ਠੀਕ ਜੀ ਸੀਮਾ, ਸੌਂਦੀ ਨਹੀਂ ਆ? ਲਿਫਾਫਾ ਕਿਤੇ ਰੱਖ ਬੈਠੀ ਆ ਤੇ ਮੈਨੂੰ ਲੱਭ ਲੈਣ ਦੋ। ਚਲੋ ਮੰਮੀ ਦੇ ਸੁਭਾਅ ਦਾ ਪਤਾ ਵੀ ਆ, ਉਹਨਾਂ ਨੇ ਕੁਛ ਵੇਖਣਾ ਨੀ, ਉੱਥੇ ਬੋਲਣ ਲੱਗ ਪੈਣਾ। ਤੈਨੂੰ ਤੇ ਉਹਨਾਂ ਨੇ ਬੋਲਣਾ ਨੀ, ਮੈਨੂੰ ਪਹਿਲਾਂ ਬੋਲਣਾ। ਵੇਖੀ ਮੈਂ ਤਿਆਰ ਤੇ ਹੈਗੀ ਆ,
ਤਿਆਰ ਬਸ ਮੈਂ ਕੱਪੜੇ ਫੜਨੇ ਤੇ ਉਸੇ ਵੇਲੇ ਤੁਰ ਪੈਣਾ। 5 ਮਿੰਟ ਮੈਨੂੰ ਹੋਰ ਦਿਓ ਤੇ ਤੂੰ ਮੰਮੀ ਕਹਿੰਦੇ ਹਜੇ ਵੀ 5 ਮਿੰਟ ਉਧਰ ਸ਼ਮੀ ਦੀ ਵੀ ਤਿਆਰੀ ਆ ਤੇ ਸਿਮਰਤ ਦੀ ਵੀ ਤਿਆਰੀ ਆ ਤੇ ਡੀਕਨ ਦੀਆਂ ਦੋਵੇਂ ਭੈਣਾਂ ਮੈਨੂੰ ਪਤਾ ਅੱਜ ਰੱਖੜੀ ਦਾ ਦਿਨ ਹੈ ਤੇ ਤਿਆਰੀ ਤਾਂ ਹੋਣੀ ਆ ਬਸ ਮੈਂ ਆਈ 5 ਮਿੰਟ ਹੋ ਗਏ ਬਸ 5 ਮਿੰਟ ਤੇ ਤੁਰਨ ਲੱਗੀ ਤੁਹਾਡੇ ਨਾਲ ਚੱਲ ਛੇਤੀ ਆ ਹੈ ਆ ਗਈ ਆ ਗਈ ਇੱਕ ਤਾਂ ਮੈਨੂੰ ਆਹ ਲੇਟ ਕਰਾ ਦਿੰਦੀ ਆ ਤੇ ਫਿਰ ਮੰਮੀ ਨੇ ਗੱਲਾਂ ਕਰਨੋਂ ਨਹੀਂ ਹਟਣਾ ਕੀ ਕਰਾਂ ਜਾਂ ਜਿਹੜੇ ਚਲੋ ਸਿਮਰਤ ਨੂੰ ਪਸੰਦ ਹੋਊਗਾ ਉਹਨੂੰ ਦੇ ਦਾਂਗੇ ਜਿਹੜਾ ਸ਼ਮੀ ਨੂੰ ਪਸੰਦ ਹੋਊ ਉਹਨੂੰ ਦੇ ਦਾਂਗੇ ਨਾ ਚਲੀਏ ਫਿਰ ਚੱਲ ਚਲੀਏ ਯਾਰ ਅੱਗੇ ਬੜਾ ਲੇਟ ਹੋ ਗਿਆ ਬਸ ਕੇ ਨਾਲ 11-11 ਸੌ ਰੁਪਇਆ ਦੇ ਦਾਂਗੇ ਬਹੁਤ ਹੈ ਨਾ ਹੋਈ ਹੋਈ ਕਿਹਾ ਹੁਣ ਮੈਂ ਇੱਕੋ ਚਿੱਕਾ ਕਰਿਓ ਹੁਣ ਦੋਨਾਂ ਨੂੰ ਇਹਦਾ ਫਰਕ ਨਾ ਕਰ ਦਿਓ ਸ਼ਮੀ ਨਾਲ ਹੋਈ ਇੱਕੋ ਚਿੱਕਾ ਮਾਤਾ ਨਾ ਹੋਈ ਮੇਰੀ ਗੱਲ ਮਾਤਾ ਜੀ ਕਹਿੰਦੀ ਇੱਕੋ ਚਿੱਕਾ ਕਰਨਾ ਵਾ ਜਿਸ ਤਰ੍ਹਾਂ ਸ਼ਮੀ ਨੂੰ ਦੇਗਾ ਉਸ ਤਰ੍ਹਾਂ ਸਿਮਰਤ ਨੂੰ ਦੇਣਾ ਵਾ ਕਹਿੰਦੀ ਹੁੰਦੀ ਆ ਪਰ ਮੈਨੂੰ ਨਹੀਂ ਲੱਗਦਾ ਵੀ ਉਹ ਕਰੇਗੀ ਤੈਨੂੰ ਪਤਾ ਹੈਗਾ ਮਾਤਾ ਦਾ ਕਿੰਨਾ ਹੱਥ ਟਾਈਟ ਹੈਗਾ ਮੇਰਾ ਮਾਤਾ ਨੂੰ ਸਭ ਪਤਾ ਹੈਗਾ ਇਹ ਥੋੜਾ ਵੀ ਮਾਤਾ ਨੂੰ ਪਤਾ ਹੀ ਨਹੀਂ ਆ ਹੱਥ ਤੁਹਾਡਾ ਢਾਈ ਦੇ ਨਾ ਮਾਤਾ ਦਾ ਥੋੜੀ ਆ ਇੰਨੇ ਪੈਸੇ ਦੀ ਫੜਾਏ ਕੀ ਪਤਾ ਅੰਦਰ ਕਰਦੀ ਮਾਤਾ ਨੇ ਰੱਖੇ ਹੁੰਦੇ ਉਹਦੇ ਵਾਸਤੇ ਕੁਛ ਬਣਾ ਲਿਆ ਹੋਏ ਮੈਨੂੰ ਤਾਂ ਪਤਾ ਨਹੀਂ ਕਿਉਂ ਗੱਲ ਇਹੋ ਹੀ ਲੱਗੀ ਚੱਲਿਆ ਪਰ ਹੁਣ ਹੋਣਾ ਨਹੀਂ ਤੇ ਚਾਹੀਦਾ ਨਹੀਂ ਤੇ ਮੈਂ ਸਿਆਪਾ ਪੂਰਾ ਪਾ ਦੇਣਾ ਜੀ ਉਹਨਾਂ ਨਾਲ ਪੈਸਿਆਂ ਦੀ ਵੀ ਗੱਲ ਕਲੀਅਰ ਕਰ ਦਿੰਦਾ ਪੈਸੇ ਮੈਂ ਲੈ ਗਿਆ ਦੁਕਾਨ ਤੇ ਦੇ ਦਿੱਤੇ ਮਾਤਾ ਨੇ ਐਵੇਂ ਨਾ ਮਾਤਾ ਉੱਤੇ ਵਾਰ ਵਾਰ ਕਿਹਾ ਕਰ ਪੈਸੇ ਲੈ ਗਈ ਆ ਮਾਤਾ ਨੇ ਦੇ ਦਿੱਤੇ ਤੇ ਨਾਲੇ ਜੇ ਪੈਸੇ ਹੋਣਗੇ ਤੇ ਚੀਜ਼ ਬਣਾਓਗੇ ਨਾ ਉਹਦੇ ਕੋਲ ਜਦੋਂ ਪੈਸੇ ਹੀ ਨਹੀਂ ਹੋਣੇ ਤੇ ਉਹਨੇ ਕੀ ਚੀਜ਼ ਬਣਾਉਣੀ ਆ ਤੇ ਨਾਲੇ ਜਿਹੜੇ ਸੂਟ ਖਰੀਦੇ ਆ ਤੇ ਮਾਤਾ ਦੇ ਨਾਲ ਜਾ ਕੇ ਖਰੀਦੇ ਆ ਚਲ ਠੀਕ ਹੈ ਵੈਸੇ ਵੀ ਤੁਸੀਂ ਮਾਤਾ ਦੀ ਆਪਣੀਆਂ ਸਫਾਈਆਂ ਦਿੰਦੇ ਹੁੰਦੇ ਹੋ ਬੰਦੀ ਤਾਂ ਹਮੇਸ਼ਾ ਮਾਂ ਦਾ ਹੀ ਹੈ ਨਾ ਮੋਟੀ ਤਾਂ ਨਹੀਂ ਬੰਦਾ ਆ ਜਾਓ ਮੇਰੀ ਗੱਲ ਸੁਣ ਤੂੰ ਇਸ ਤਰ੍ਹਾਂ ਕੁਛ ਹੋਈ ਦੀ ਹੁਣ ਜਾਣ ਲੱਗੇ ਤੂੰ ਕਲੇਸ਼ ਪਾਇਆ ਨਵਾਂ ਆ 4 ਦਿਨ ਕਿੰਨੇ ਸੁੱਖ ਨਾਲ ਲੰਘੇ ਆ ਤਾਂ ਇਹ ਤਾਂ ਮੈਨੂੰ ਕਲੇਸ਼ ਨਜ਼ਰ ਆਉਂਦਿਆ ਹੁਣ ਕਲੇਸ਼ ਸਾਡੇ ਘਰ ਵੱਡਾ ਫੇਰ ਆ ਜਾਣਾ ਤੈਨੂੰ ਪਤਾ ਨਹੀਂ ਆ ਜਾਣਾ ਜਦੋਂ ਮੰਮੀ ਨੇ ਫੋਨ ਕੀਤਾ ਨਾ ਇੰਨੇ ਜ਼ਿਆਦਾ ਖੁਸ਼ ਸੀ ਨਾ ਤੇ ਮੈਂ ਕਿਹਾ ਲੈ ਧੀ ਘਰ ਗਈ ਹੈ ਨਾ ਤੇ ਕਿੰਨੀ ਖੁਸ਼ ਆ ਵੇਖਿਆ ਇੱਥੇ ਆ ਕੇ ਵੇਖੀ ਦੱਸਿਓ ਮੈਨੂੰ ਉਹਦੀ ਖੁਸ਼ੀ ਕਿੱਥੇ ਆ ਇਹੋ ਹੀ ਤੇ ਗੱਲ ਤੇਰੇ ਨਾਲ ਕਰਨ ਆਇਆ ਵਾਂ ਵੀ ਉਹਨੂੰ ਸਮਝਾਈ ਜੇ ਉੱਥੇ ਖੁਸ਼ ਰਹੇ ਤੇ ਇੱਥੇ ਵੀ ਖੁਸ਼ ਰਿਹਾ ਕਰੋ ਇਹ ਤੂੰ ਪੱਲੇ ਪਾਇਓ ਮੇਰੇ ਪੱਲੇ ਪੈਂਦੇ ਨਹੀਂ ਇਹ ਬਿਲਾਂ ਹੁੰਦੇ ਨੂੰਹਾਂ ਦੀ ਤਾਂ ਵੈਸੇ ਘੱਟ ਹੀ ਪੈਂਦੀਆਂ ਹੁੰਦੀਆਂ ਪੁੱਤਾਂ ਦੀ ਵੀ ਆ ਨੂੰਹਾਂ ਦੀ ਤਾਂ ਹਮੇਸ਼ਾ ਚੁੱਪਦੀਆਂ ਹੀ ਹੁੰਦੀਆਂ ਗੱਲਾਂ ਭਾਵੇਂ ਚੰਗਾ ਕਹਿ ਲਓ ਤੇ ਭਾਵੇਂ ਮਾੜਾ ਕਹਿ ਲਓ ਆਓ ਫਿਰ ਬੋਲਣਗੇ ਵੀ ਉਹ ਨਹੀਂ ਨਿਕਲੀ ਹੈਗੀ ਕੈਂਸਰ ਹੁਣ ਵੇਖ ਮੇਰੀ ਸੁਣ ਕਰ ਹੁਣ ਲੜ ਕੇ ਜਾਣਾ ਵਾ ਮੰਮੀ ਘਰ ਨਹੀਂ ਗਏ ਤੇ ਤੂੰ ਲੜਾਈ ਪੰਗਾ ਪਾ ਕੇ ਬਹਿ ਗਈ ਆ ਵੀ ਤੇਰੀ ਮਾਤਾ ਨੂੰ ਜੇ ਉੱਥੇ ਮੈਂ ਨੋਚ ਨੀਚ ਕੀਤੀ ਉੱਥੇ ਬੋਲਣਾ ਪੈਣਾ ਉੱਥੇ ਕਾਹਦੇ ਵਾਸਤੇ ਬੋਲਣਾ ਸੀ ਤਮਾਸ਼ਾ ਲਾਉਣਾ ਚੱਲ ਨਹੀਂ ਲਾਉਂਦੀ ਆਓ ਫਿਰ ਫਿਰ ਨਾ ਬੋਲਣ ਕੋਲ ਸਮਝਦੀ ਨਹੀਂ ਪਤਾ ਨਹੀਂ ਆਪਣੀਆਂ ਹੀ ਮਾਰੀ ਜਾਂਦੀ ਆ ਆਜੋ ਆ ਜਨਾਨੀ ਨੂੰ ਨਾ ਖੁਸ਼ ਕਰਨ ਵਾਸਤੇ ਮੈਂ ਕਿੰਨਾ ਕੁਝ ਕਰਦਾ ਰਿਹਾ ਜਿਸ ਤਰ੍ਹਾਂ ਕਹਿੰਦੀ ਉਸ ਤਰ੍ਹਾਂ ਹੀ ਕਰਦਾ ਰਿਹਾ ਇੱਕ ਵਾਰੀ ਰੋਟੀ ਨਹੀਂ ਬਣਾਉਣ ਦਿੱਤੀ ਤਾਂ ਹੀ ਉਹ ਸਿਰ ਤੇ ਚੜ੍ਹ ਗਈ ਆ ਪਤਾ ਨਹੀਂ ਇਹਨੂੰ ਕਿਸ ਤਰ੍ਹਾਂ ਇਹਨੇ ਖੁਸ਼ ਹੋਣਾ ਵਾ ਤੇ ਜੇ ਜਾਣ ਲੱਗੀ ਆ ਤੇ ਕੁੜੀ ਹੀ ਹੋਵੇ ਘੜੂਸਾ ਤੇ ਘੜੂਸਾ ਛੱਡੀ ਜਾਂਦੀ ਆ ਇਹ ਜਨਾਨੀ ਨੇ ਪਤਾ ਨਹੀਂ ਕਦੋਂ ਬਾਦ ਆਉਣਾ ਵਾ ਪਤਾ ਨਹੀਂ ਕਿਤੇ ਖੁਸ਼ ਹੋਣਾ ਵਾ ਇਹਨਾਂ ਦੀ ਤੇ ਆਪਸ ਚ ਬਣਦੀ ਨਹੀਂ ਆ
ਚੱਲ ਹੁਣ ਕਹਾਂ ਪਸੀਨੇ ਨਾਲ ਠੰਡੀ ਹੋਈ ਪਈ ਹੈ। ਕੋਈ ਵੈਸੇ ਨੀ ਤਰੇਲੀਆਂ ਆਉਂਦੀਆਂ ਪਈਆਂ ਉਹ ਨੇ। ਕੋਈ ਨੀ ਤੇ ਰਸੋਈ ਜਾ ਗਿਲਾਸ ਪਾਣੀ ਦਾ ਲੈ ਕੇ ਤੇ ਨੂਨ ਚੀਨੀ ਘੋਲ ਲੈ ਵਿੱਚ ਤੇ ਜੇ ਫਰਿੱਜ ਚ ਨਿੰਬੂ ਪਏ ਤੇ ਨਿੰਬੂ ਪਾ ਕੇ ਪੀ ਲੈ ਠੀਕ ਹੋ ਜਾਏਗੀ। ਮੇਰੀ ਗੱਲ ਸੁਣ। ਸਿਮਰਾ ਦਾ ਕਮਰਾ ਬੜਾ ਗੰਦਾ ਹੋਇਆ ਪਿਆ ਸ਼ਮੀ, ਤੇ ਜੇ ਮਿੱਤੀ ਬਣ ਕੇ ਉਹਨੂੰ ਨਾ ਸਾਫ ਕਰ ਦੇ। ਬੈਡ ਦੀ ਚਾਦਰ ਚਗਲੀ ਪਈ ਸੀ ਤੇ ਉਹ ਬਦਲ ਦੇ। ਤੈਨੂੰ ਪਤਾ ਨਹੀਂ ਚਾਚੀ ਜੀ, ਬੈਡ ਦੀ ਚਾਦਰ ਤੇ ਮੈਂ ਵਿਛਾਈ ਹੈ ਜੇ ਸਵੇਰੇ। ਉਹ ਬਸ ਇਹ ਆ ਵੀ ਥੋੜਾ ਡਸਟਿੰਗ ਜੀ ਹੋਣ ਵਾਲੀ ਆ। ਡਸਟਿੰਗ ਵੀ ਕਰੀ ਦੀ ਰੋਜ਼, ਪਰ ਇਹ ਵੀ ਚੀਜ਼ਾਂ ਚੁੱਕ ਕੇ ਨਹੀਂ ਨਾ ਹੁੰਦੀ, ਇੰਨਾ ਟਾਈਮ ਨਹੀਂ ਹੁੰਦਾ, ਕੀ ਕਰੇ ਬੰਦਾ। ਪਰ ਤੈਨੂੰ ਪਤਾ ਨਾ ਇਹਦੇ ਹਾਲ ਚ ਨਾ ਆਲਾ ਦੁਆਲਾ ਸਾਫ ਸੁਥਰਾ ਹੋਣਾ ਚਾਹੀਦਾ। ਤੂੰ ਏਦਾਂ ਕਰ, ਮੇਰੀ ਗੱਲ ਸੁਣ, ਕੀ ਬਣ ਕੇ ਤੂੰ ਨਾ ਉਹਦਾ ਕਮਰਾ ਸਾਰਾ ਸਾਫ ਕਰ ਦੇ ਇੱਕ ਵਾਰੀ, ਚਾਦਰ ਚੁਦਰ ਦੁਬਾਰਾ ਫੇਰ ਵਿਛਾ ਦੇ ਸੋ, ਤੇ ਥੋੜਾ ਜਿਹਾ ਨਾ ਝਾੜ ਪੂੰ ਸਾਰੀ ਕਰ ਦੇ ਕਮਰੇ ਦੀ। ਤੇ ਤੈਨੂੰ ਪਤਾ ਹੀ ਹੈ ਦੋ ਜਾਨਾਂ ਨੇ ਸੁੱਖ ਦੇ ਨਾਲ ਉਹ ਵਿਚਾਰੀ ਕੋਲ ਕਿੱਥੇ ਹੁੰਦਾ। ਨਾਲ ਹੁਣ ਤੈਨੂੰ ਪਤਾ ਹੀ ਹੈ ਨਾ ਹੁਣ ਉਹਦਾ ਕਿਹੜਾ ਮਹੀਨਾ ਚੱਲਦਾ ਪਿਆ, ਉਹ ਕੰਮ ਥੋੜਾ ਕਰ ਸਕਦੀ ਹੈ ਹੁਣ ਕੋਈ। ਸ਼ਮੀ ਚਾਚੀ ਜੀ, ਗੋਲੀ ਗੋਲੀ ਖਾ ਕੇ ਘੜੀ ਰੈਸਟ ਕਰ ਲਾ, ਫੇਰ ਕਰਦਾ। ਤੈਨੂੰ ਮੈਂ ਕਿਹਾ ਨਾ ਨਿੰਬੂ ਚੀਨੀ ਘੋਲ ਲੈ, ਗੋਲੀ ਪਈ ਘਰ ਤੇ ਕੋਈ ਖਾ ਲਿਆ ਚੁੱਕ ਕੇ। ਹੁਣ ਮੈਨੂੰ ਤੁਹਾਡੇ ਘਰ ਦਾ ਨੀ ਪਤਾ ਕਿ ਗੋਲੀਆਂ ਗੋਲੀਆਂ ਪਈਆਂ ਨੇ, ਤੇ ਉਹ ਕਰਕੇ ਨਾ ਤੂੰ ਉਹ ਕਰ, ਤੇ ਤੂੰ ਉਹਦਾ ਕਮਰਾ ਸਾਫ ਕਰ ਜਿੰਨੀ ਜਲਦੀ ਹੋ ਸਕੇ ਨਾ, ਉਹਦਾ ਕਮਰਾ ਸਾਫ ਕਰ, ਸਾਫ ਸੁਥਰਾ ਜਾਵੇਗਾ ਉਹਨੂੰ ਚੰਗਾ ਲੱਗੇਗਾ। ਉਹ ਕਹੀ ਜਾਂਦੀ ਮੈਨੂੰ ਘਬਰਾਹਟ ਹੁੰਦੀ, ਮੈਨੂੰ ਘਬਰਾਹਟ ਹੁੰਦੀ ਵੀ ਸ਼ਾਇਦ ਮਿੱਟੀ ਮੁੱਟੀ ਦੇ ਕਾਰਨ ਉਹਨੂੰ ਲੱਗਦਾ ਪਿਆ ਹੋਣਾ। ਤੇ ਤੂੰ ਨਾ ਉੱਠ, ਚਲੋ ਉੱਠ, ਹਿੰਮਤ ਮਾਰ ਤੇ ਕਰ ਦੇ ਉਹਦਾ ਕਮਰਾ ਸਾਫ ਸਾਰਾ ਚੰਗੇ ਤਰੀਕੇ ਦੇ ਨਾਲ, ਹੈਂ। ਤੇ ਨਿੰਬੂ ਚੀਨੀ ਦਾ ਘੋਲ ਬਣਾ ਕੇ ਤੇ ਪੀ ਲੈ, ਠੀਕ ਹੈ ਚਾਚੀ, ਠੀਕ ਹੋ ਜਾਊਗਾ। ਉੱਠ ਉੱਠ, ਹਿੰਮਤ ਮਾਰ। ਹਿੰਮਤ ਕਿੱਥੋਂ ਮਾਰਾਂ, ਹਿੰਮਤ ਵੱਜੇ ਤੇ ਮਾਰਾਂ, ਸਰੀਰ ਆ ਕੋਈ ਲੋਹਾ ਥੋੜੀ ਆ, ਕੀ ਕਰੇ ਬੰਦਾ, ਕਰਨਾ ਹੀ ਪੈਣਾ ਆ।